ਬੇਟਾ ਅਸੀਂ ਅੱਜ ਪਾਰਟ 3 ਦੇ ਵਿੱਚ ਵੀਡੀਓ ਨੰਬਰ 3 ਜਿਹੜੀ ਆ ਪਾਰਟ 3 ਆ ਜਿਹੜਾ ਉਹਦੇ ਵਿੱਚ ਕਰਨ ਜਾ ਰਹੇ ਆ 26 ਵੀਡੀਓ ਦੇ ਪਾਰਟ 3 ਦੇ ਵਿੱਚ ਕਿਸੇ ਇੱਕ ਦਰਸ਼ ਪਿੰਡ ਬਾਰੇ ਇੱਕ ਲੇਖ ਲਿਖੋ ਤੁਸੀਂ ਕਿਸੇ ਵੀ ਪਿੰਡ ਬਾਰੇ ਲਿਖ ਸਕਦੇ ਹੋ ਅਗਰ ਤੁਸੀਂ ਕਿਤੇ ਨਾਨਕੇ ਦਾਦਕੇ ਜਾਓ ਉੱਥੋਂ ਬਾਰੇ ਕੁਝ ਵੀ ਆਪਣੇ ਵਿਚਾਰ ਲਿਖ ਸਕਦੇ ਹੋ ਅਗਰ ਨਹੀਂ ਆਂਦਾ ਤਾਂ ਫਿਰ ਵੀ ਮੈਂ ਤੁਹਾਨੂੰ ਕਰਵਾਉਣ ਜਾ ਰਹੀ ਹਾਂ ਅਸੀਂ ਜਲੰਧਰ ਨੇੜੇ ਕਰਤਾਰਪੁਰ ਪਿੰਡ ਵਿੱਚ ਗਏ ਪਿੰਡ ਬਹੁਤ ਹੀ ਸੁੰਦਰ ਇਸ ਤੇ ਨਾਲ ਪਾਕਿਸਤਾਨ ਬਾਰਡਰ ਲੱਗਦਾ ਹੈ ਇੱਥੇ ਕਰਤਾਰਪੁਰ ਗੁਰਦੁਆਰੇ ਦਾ ਲੰਗਾ ਹੈ ਕਰਤਾਰਪੁਰ ਪਿੰਡ ਲੱਕੜ ਦੇ ਫਰਨੀਚਰ ਲਈ ਬਹੁਤ ਮਸ਼ਹੂਰ ਹੈ ਇੱਥੋਂ ਦਾ ਵਾਤਾਵਰਣ ਬਹੁਤ ਸ਼ੁੱਧ ਹੈ ਪੰਛੀਆਂ ਦੀਆਂ ਆਵਾਜ਼ਾਂ ਮਨ ਨੂੰ ਮੋਹ ਲੈਂਦੀਆਂ ਹੈ ਇੰਜ ਲੱਗਦਾ ਹੈ ਜਿਵੇਂ ਪ੍ਰਕਿਰਤੀ ਵਿੱਚੋਂ ਪ੍ਰਭੂ ਆਪ ਚਲਕਾ ਮਾਰਦਾ ਹੋਵੇ ਠੀਕ ਹੈ ਉਸ ਪਿੰਡ ਅਤੇ ਸ਼ਹਿਰ ਦੀ ਤੁਲਨਾ ਕੀ ਕਰਦੇ ਹੋਏ ਸੱਤ-ਸੱਤ ਵਾਕ ਲਿਖੋ ਕਿਸੇ ਪਿੰਡ ਦੀ ਸੈਰ ਕਰੋ ਤੇ ਦੱਸੋ ਉੱਥੇ ਜਾ ਕੇ ਤੁਸੀਂ ਕੀ ਕੀ ਵੇਖਦੇ ਹੋ ਇਹ ਸੇਮ ਆਨਸਰ ਦੋਵਾਂ ਦਾ ਇਕੱਠਾ ਹੀ ਆ ਸਕਦਾ ਜੋ ਤੁਸੀਂ ਇਹਦੇ ਵਿੱਚ ਲਿਖੋ ਉਹਦੇ ਵਿੱਚ ਵੀ ਤੁਸੀਂ ਸੇਮ ਲਿਖ ਸਕਦੇ ਹੋ ਸੇਮ ਐਸ ਠੀਕ ਹੈ ਉਸ ਤੋਂ ਬਾਅਦ ਪਿੰਡ ਤੇ ਸ਼ਹਿਰ ਦੀ ਤੁਲਨਾ ਕਰਦੇ ਹੋ ਸੱਤ-ਸੱਤ ਵਾਕ ਲਿਖੋ ਪਿੰਡ ਦਾ ਵਾਤਾਵਰਣ ਸ਼ੁੱਧ ਹੁੰਦਾ ਹੈ ਜਦਕਿ ਸ਼ਹਿਰ ਵਿੱਚ ਪ੍ਰਦੂਸ਼ਣ ਹੁੰਦਾ ਹੈ ਪਿੰਡ ਸ਼ਾਂਤ ਹੁੰਦਾ ਜਦਕਿ ਸ਼ਹਿਰ ਵਿੱਚ ਰੋਲਾ ਰੱਪਾ ਹੁੰਦਾ ਪਿੰਡ ਦੇ ਲੋਕ ਮਿਲਾਪੜੇ ਹੁੰਦੇ ਹਨ ਜਦਕਿ ਸ਼ਹਿਰਾਂ ਦੇ ਲੋਕ ਕਿਸੇ ਨੂੰ ਪੁੱਛਦੇ ਤੱਕ ਨਹੀਂ ਪਿੰਡਾਂ ਦੇ ਲੋਕਾਂ ਦਾ ਖਾਣ ਪੀਣ ਖੁੱਲਾ ਡੁੱਲਾ ਹੁੰਦਾ ਜਦਕਿ ਸ਼ਹਿਰਾਂ ਦੇ ਲੋਕ ਫਾਸਟ ਫੂਡ ਖਾਉਂਦੇ ਹਨ ਪਿੰਡ ਵਿੱਚ ਰੁੱਖ ਹੁੰਦੇ ਹਨ ਜਦਕਿ ਸ਼ਹਿਰਾਂ ਵਿੱਚ ਰਹਿਣ ਲਈ ਥਾਂ ਨਹੀਂ ਹੁੰਦੀ ਆਪਣੇ ਪਿੰਡ ਜਾਂ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਤੁਸੀਂ ਕੀ ਯੋਗਦਾਨ ਪਾਉਂਗੇ ਇਹ ਵੀ ਤੁਸੀਂ ਆਪ ਕਰਨਾ ਹੈ ਠੀਕ ਹੈ ਤੁਸੀਂ ਉਸ ਟਾਈਮ ਤੇ ਜੋ ਤੁਹਾਡੇ ਮਨ ਵਿੱਚ ਵਿਚਾਰ ਹੋਏ ਆਪਣੇ ਸ਼ਹਿਰ ਨੂੰ ਕਿਸ ਤਰ੍ਹਾਂ ਸੁੰਦਰਣਾ ਉਹਦੇ ਬਾਰੇ ਲਿਖਣਾ ਹੈ ਆਪਣੇ ਸ਼ਹਿਰ ਨੂੰ ਟ੍ਰੈਫਿਕ ਨਿਯਮਾਂ ਨੂੰ ਸੁਖਾਵਾਂ ਬਣਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਸਾਨੂੰ ਕੀ ਕਰਨਾ ਚਾਹੀਦਾ ਹੈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਾਂ ਤੁਸੀਂ ਹੋਰ ਵੀ ਆਪਣੇ ਜਿਹੜੇ ਆ ਲਿਖ ਸਕਦੇ ਹੋ